नमस्कार दोस्तों, निरोग दिवस संस्थान के यूट्यूब चैनल आरबीलाई मीडिया में आपका स्वागत है। फिरोजपुर से आ रही है। फिरोजपुर के गांव बंडाला में जमीनी विवाद को लेकर दो गुटों में झगड़ा हो गया, जिसमें एक महिला सहित चार लोग घायल हो गए। घायलों को फिरोजपुर के सिविल अस्पताल में भर्ती किया गया है, जिनमें से एक की हालत काफी गंभीर बताई जा रही है। मामले की सूचना थाना आरिफ के पुलिस को दे दी गई है। जिज्ञासा से यह मामला सामने आया है। हमारे प्रतिनिधि सुखचैन सिंह यहां पर पहुंचे हुए हैं। उनके द्वारा इस तस्वीरें हमें भेजी जा रही, हम आपको दिखा रहे हैं। बने रहे हमारे साथ, देखते रहे हमारा चैनल। जगतार सिंह, हाँ जी, ये किस तरह हमला किया गया थोड़े ते? ये साडे घर ही आण के गल पै गई। साडे चाचे दा पुत इन्हां दा मारा पाई दा रौला सी, हाँ जी, ते सानू पै के घर ही आण के पै के असीं छडाउण गए ना, पहले इन्हां नूं आण के पै पहला असीं छडाउण गए ते सानू मिल के कुट लाता। अच्छा, कौन सीगे बंदे? ओ अपना सूरता सिंह आ, जसवीर सिंह का मुंडा, बलवीर सिंह मुंडा। केड़े पिंड दे ने? बंडाले दी आ। अच्छा अच्छा, हाँ जी। तो होर आण पछाते बंदे होर भी है, बाहर चौखे बंदे घरे आ गए। हमला घरे आ गए, सानू तां आने मकोह ही देना, छड्डना नहीं अज। अच्छा अच्छा, हाँ सानू कुट कुट के उन्हां कोल आया। तुसीं केड़ी पार्टी दा सवाल करदे? हाँ जी, तुसीं केड़ी पार्टी सवाल करदे? असीं कांग्रेस ने। ओह कौन सीगे? चाचे पुत ने गहने पाई सी लख रुपये च, मुंडा बिमार हो गया, मुंडा मर गया बेचारे का, पैली गहने पाई सी लख रुपये अस दें भी आप चुक लिया पैली छड़ दो। कि जमीन का रौला? हाँ जी, कि जमीन का रौला? छे कला सा। अच्छा अच्छा, तुम मार देना पैली ती कहीं छड़नी है, बदोबदी धक्के ने कब्जा किए, पैसे गहने वाले नहीं ले उन्होंने कब्जा करते। हाँ जी, की मांग करते प्रशासन तो? की मांग करते अभी तो मांग जी कार्रवाई होनी चाहिए उन्होंने, जो साढ़े ने धक्का किया उन्होंने, सारी कार्रवाई उन्होंने होनी चाहिए। किस तरह इन्हों यार अभी घरों उठ के आए, 8 बजे का टाइम ही सी। हाँ जी, ਇਹਨਾਂ ਨੇ ਆ ਕੇ ਵਿਚਾਰਿਆਂ ਦੇ ਗਲ ਪੈ ਗਏ ਸਾਰੇ ਜਣੇ, ਘਰੋਂ ਆਵਾਜ਼ ਮਾਰੀ ਤੇ ਘਰੋਂ ਆਵਾਜ਼ ਮਾਰ ਕੇ ਗਲ ਪੈ ਗਏ। ਆਸੂ ਮਾੜਾ ਮੋੜ ਪਹਿਲਾਂ ਦਾ ਝਗੜਾ ਹੋਊ, ਕੋਈ ਕਹਿ ਨਹੀਂ ਸਕਦੇ। ਕੀ ਜ਼ਮੀਨ ਦਾ ਰੋਲਾ ਸੀ ਕਾਹਦਾ ਸੀ? ਇਹਨਾਂ ਅੱਗੇ ਰਜਿਸਟਰੀ ਹੋਈ ਆ ਤੇ ਉਹ ਵੀ ਇਹਨਾਂ ਮੈਂ ਰਜਿਸਟਰੀ ਕਰਾਈ ਆ। ਰਜਿਸਟਰੀ ਕਰਾਈ ਫਿਰਦਾ ਇਹਦਾ ਅੱਗੇ ਰੋਲਾ ਇਹੋ ਹੀ, ਹੋਰ ਤੇ ਰੋਲਾ ਕੋਈ ਨਹੀਂ ਗਾ। ਅੱਛਾ, ਕਿਸ ਤਰ੍ਹਾਂ ਇਹਨਾਂ ਦੇ ਕਿੰਨੇ ਬੰਦੇ ਤੇ ਹਮਲਾ ਕੀਤਾ ਗਿਆ? ਇਹਨਾਂ ਦੇ 4 ਬੰਦੇ ਆ ਜੀ, ਉਹ ਹੈਗੇ 15-16 ਜਣੇ ਹੈਗੇ। ਬੇਅਦਬੀ ਵੀ ਕੀਤੀ ਕਿ ਕਿਸੇ ਨਾਲ? ਬੇਅਦਬੀ ਹੁਣ ਕੁਲਵੰਤ ਕੌਰ ਦੀ ਕੀਤੀ ਆ, ਕੱਪੜੇ ਕੁਪੜੇ ਪਾੜੇ ਆ ਸਾਰਾ ਕੁਝ। ਕੀ ਮੰਗ ਕੀ ਕਰਦੇ ਨੇ? ਮੰਗ ਇਨਸਾਫ ਮਿਲ ਜੇ ਨਾ ਵਿਚਾਰਿਆਂ ਨੂੰ, ਮਾਤੜ ਬੰਦੇ ਹੋਰ ਦੇ ਦੀ। ਅੱਛਾ, ਇਹਦਾ ਨਾਂ ਹੈ ਮਤਲਬ ਪੁਕਾਰ ਸਿੰਘ, ਮੇਰਾ ਨਾਂ ਹੈ ਅਮਰਜੀਤ। ਹਾਂਜੀ, ਘਰ ਵਾਲੇ ਮੇਰੇ ਦਾ ਚੂਕਣਾ ਕਰਾਏ ਕੋਈ ਆਏ, ਮਤਲਬ ਕੁਛ ਨਹੀਂ ਕਰਦਾ ਤਾਂ ਬੇਟਾ ਮੇਰਾ ਬਾਹਰ ਗਿਆ, ਇੱਕੋ ਬੇਟਾ। ਹਾਂਜੀ, ਅੱਗੇ ਮੇਰਾ ਮਤਲਬ ਬੇਟਾ ਪੂਰਾ ਗਿਆ ਹੈ ਤੇ ਮੇਰੀ ਪੈਲੀ ਸਾਰੀ ਮਤਲਬ ਧੱਕੇ ਨਾਲ ਵਾਹੀ ਜਾਂਦੇ ਨੇ, ਤੇ ਹੁਣ ਸਾਡੇ ਘਰ ਵਾਲੇ ਥਾਂ ਦਾ ਆਣ ਕੇ ਆਦੇ ਤੀ, ਘਰ ਵਾਲੇ ਥਾਂ ਵੀ ਮਤਲਬ ਕਬਜ਼ਾ ਕਰਨਾ ਸੀ, ਘਰ ਵਾਲਾ ਥਾਂ ਵੀ ਲਾਉਣਾ ਇਹਨਾਂ ਦਾ, ਤੇ ਸਾਡੇ ਬੂਹੇ ਅੱਗੇ ਆਣ ਕੇ ਸਾਨੂੰ ਦੋਵਾਂ ਜੀਆਂ ਨੂੰ ਮੇਰੇ ਘਰ ਇੱਥੇ ਹੱਥ ਜੋੜ ਗੋਰੀ ਖੋ ਕੇ ਤੇ ਸਾਨੂੰ ਦੋ ਜੀਆਂ ਨੂੰ ਮਾਰ ਲਾਪੇ, ਤੇ ਨਾਲੇ ਮੇਰਾ ਗਾਤਰਾ ਲੈ ਕੇ, ਤੇ ਮੇਰਾ ਗਾਤਰਾ ਹੀ ਮੈਨੂੰ ਮਤਲਬ ਮੇਰਾ ਖੋ ਕੇ ਲੈ ਕੇ, ਤੇ ਮੇਰੇ ਸਾਰੇ ਲੀੜੇ ਆਵੇ ਪਾੜ ਤੇ, ਤੇ ਮੇਰੇ ਮਤਲਬ ਇਧਰੋਂ ਪਿਆ ਆਣ ਕੇ ਜਸਵੀਰ ਸਿੰਘ, ਤੇ ਮਤਲਬ ਮੇਰੇ ਸਕੇ ਪਤੇਰੇ ਤੇ ਪੋਤਰੇ ਦੋਵੇਂ ਉਹ ਸਾਨੂੰ ਆਣ ਕੇ ਰੌਲਾ ਪਾਇਆ, ਉਹ ਆਣ ਕੇ ਵਿਚਾਰੇ ਸਾਰੇ ਜੀ ਸਾਨੂੰ ਛਡਾਉਣ ਲੱਗੇ ਨੇ, ਤੇ ਕਿਰਪਾਨਾਂ ਤੇ ਟਕਵੇ ਤੇ ਕਾਪੀ ਆਣ ਕੇ ਲੈ ਕੇ ਤੇ ਉਹਨਾਂ ਨੂੰ ਸੱਟਾਂ ਲਾਤੀਆਂ, ਬਹੁਤ ਬੇਇੱਜ਼ਤ ਬਚਾਰੀਆਂ ਸਨ। ਤੁਹਾਡੇ ਦੇ ਬੇਇੱਜ਼ਤੀ ਕੀਤੀ? ਹਾਂਜੀ, ਬੇਇੱਜ਼ਤੀ ਕੀਤੀ ਮੇਰੇ ਨਾਲ। ਹਾਂਜੀ, ਮੇਰੀ ਇਤਨੂੰ ਪਏ ਨੇ ਆਣ ਕੇ, ਮੇਰੇ ਸਾਰੇ ਕੱਪੜੇ ਪਾਟੇ ਪਏ ਨੇ, ਮੇਰਾ ਗਾਤਰਾ ਖੋ ਕੇ ਤੇ ਮੈਨੂੰ ਮਾਰਨ ਪਏ ਗਏ ਆਣ ਕੇ, ਸਹੀ ਬੇਹੋਸ਼ ਹੋ ਗਏ ਅਸੀਂ ਡਿੱਗ ਪਏ, ਸਾਨੂੰ ਕੋਈ ਪਤਾ ਨਹੀਂ ਹੈਗਾ। ਕਿਹੜੀ ਪਾਰਟੀ ਦੀ ਸ਼ਹਿ ਥੱਲੇ ਕੀਤਾ? ਕਿਸੇ ਪਾਰਟੀ? ਕਾਂਗਰਸੀਆਂ ਦੇ ਨਾਲ। ਕਾਂਗਰਸੀ ਵਰਕਰ? ਹਾਂਜੀ, ਉਹ ਵੀ ਕਾਂਗਰਸੀ, ਅਸੀਂ ਵੀ ਕਾਂਗਰਸੀ ਹਾਂ। ਅੱਛਾ ਅੱਛਾ, ਹਾਂਜੀ। ਤੇ ਹੁਣ ਕੀ ਮੰਗ ਕਰਦੇ ਹੋ? ਹੁਣ ਮਤਲਬ ਕਿ ਇਹੋ ਮਾਰਨੀ ਚਾਹੁੰਦੇ ਸਨ, ਮਾਰ ਨਹੀਂ ਆਏ ਦੋ ਜੀਆਂ ਨੂੰ। ਕੀ ਮੰਗ ਕਰਦੇ ਹੋ? ਪੈਲੀਆਂ ਦੇ ਵੀ ਸਾਡੀ ਮਤਲਬ ਕਿ ਅਸੀਂ ਸਾਰੇ ਘਰੋਂ ਘਰ ਵਾਲੇ ਸਮਾਨ ਲੈਣਾ ਥਾਂ ਸਾਰਾ। ਕਿਹੜਾ ਪਿੰਡ ਤੁਹਾਡਾ? ਬੰਡਾਲਾ ਪਿੰਡ ਆ ਸਾਡਾ। ਬੰਡਾਲਾ? ਤੁਸੀਂ ਕੀ ਇਨਸਾਫ ਦੀ ਮੰਗ ਕਰਦੇ? ਇਨਸਾਫ ਮੰਗ ਕੀ ਕਰਦੇ ਹੋ ਤੁਸੀਂ? ਇਨਸਾਫ ਹੋਣਾ ਚਾਹੀਦਾ, ਇਨਸਾਫ ਹੋਣਾ ਚਾਹੀਦਾ। ਹਾਂਜੀ, ਇਹ ਸਾਫ ਹੋਣਾ ਚਾਹੀਦਾ, ਮਤਲਬ ਕਿ ਇਹ ਮਤਲਬ ਇਹਦੀ ਸਾਡੀ ਕੋਈ ਸੁਣਦਾ ਨਹੀਂ ਗਾ, ਸਾਡੀ ਇਹ ਮਤਲਬ ਸੁਣਾਈ ਹੋਣੀ ਚਾਹੀਦੀ ਆ, ਸਾਡੀ ਪੈਲੀ, ਸਾਡੀ ਸਾਨੂੰ ਸਾਫ ਚਾਹੀਦਾ, ਸਾਡੀ ਪੈਲੀ ਮਤਲਬ ਧੱਕੇ ਦੇ ਨਾਲ ਸਾਡਾ ਜ਼ਬਰਦਸਤੀ ਸਾਡਾ ਸਾਰਾ ਕੁਝ ਕੀਤੀ ਜਾਂਦੇ ਨੇ, ਤੇ ਸਾਡੀ ਪੈਲੀ ਜਿਹੜੀ ਉਹ ਸਾਨੂੰ ਮਿਲਣੀ ਚਾਹੀਦੀ ਆ। ਹਾਂਜੀ, ਜਿਹੜਾ ਲੜਾਈ ਦਾ ਮਾਮਲਾ ਕਿਸ ਤਰ੍ਹਾਂ ਦਾ ਆਇਆ ਆਪਣੇ ਕੋਲ? ਕਿੰਨੇ ਇੰਜਣ ਦੇ? 4 ਪੇਸ਼ੈਂਟਸ ਆਏ ਆ। ਹਾਂਜੀ, ਪਿੰਡ ਬੰਡਾਲਾ ਹੈਗਾ। ਹਾਂਜੀ, ਆਰਿਫ ਕੇ ਥਾਣਾ ਪੈਂਦਾ, ਉੱਥੋਂ ਉਹਨਾਂ ਦੇ ਘਰ ਆ ਕੇ ਅਸੋਲਟ ਕੀਤਾ ਕਿਸੇ ਨੇ, ਐਂਡ ਦੋ ਇੱਕ ਪੇਸ਼ੈਂਟ ਤਾਂ ਕਾਫੀ ਸੀਰੀਅਸ ਹੈ। ਹਾਂਜੀ, ਬਾਕੀ 3 ਪੇਸ਼ੈਂਟਸ ਦੇ ਹੈਗੇ ਇੰਜਰੀਸ, ਤਾਂ ਟ੍ਰੀਟਮੈਂਟ ਕਰ ਰਹੇ ਆ, ਐਮਲਾਰ ਹੋ ਗਈ ਹੈ ਪੇਸ਼ੈਂਟਸ ਦੀ। ਅੱਛਾ, ਅਗਲੀ ਕਾਰਵਾਈ ਪੁਲਿਸ ਨੂੰ ਜਾ ਕੇ? ਉਹ ਪੁਲਿਸ ਨੂੰ ਇਨਫੋਰਮੇਸ਼ਨ ਚਲੀ ਜਾਏਗੀ, ਮੈਡੀਕਲ ਲੀਗਲ ਰਿਪੋਰਟ ਭੇਜ ਦਾਂਗੇ, ਤੇ ਉਹਨਾਂ ਤੋਂ ਫਿਰ ਪੁਲਿਸ ਆਪਣਾ ਐਕਸ਼ਨ ਲਏਗੀ।